ਲੁਧਿਆਣਾ ਵਾਸੀਆਂ ਨੇ ਅੱਜ ਖੁਸ਼ੀਆਂ ਮਨਾ ਕੇ ਤੇ ਭੰਗੜੇ ਪਾ ਕੇ ਜੋਸ਼ੋ ਖਰੋਸ਼ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ। ਜਦਕਿ ਧਾਰਮਿਕ ਸਥਾਨਾਂ ਵਿੱਚ ਵੀ ਭਾਰੀ ਗਿਣਤੀ 'ਚ ਲੋਕਾਂ ਨੇ ਪੁੱਜ ਕੇ ਪਰਮਾਤਮਾ ਅੱਗੇ ਨਵੇਂ ਸਾਲ ਦੀ ਸ਼ੁਰੂਆਤ ਸੁੱਖ ਸ਼ਾਂਤੀ ਤੇ ਖੁਸ਼ੀਆਂ ਭਰਪੂਰ ਹੋਣ ਦੀ ਕਾਮਨਾ ਕੀਤੀ। ਸਥਾਨਕ ਹੋਟਲਾਂ ਤੇ ਕਲੱਬਾਂ ਵਿੱਚ ਦੇਰ ਰਾਤ ਤੱਕ ਗੀਤ ਸੰਗੀਤ ਦੇ ਪ੍ਰੋਗਰਾਮ ਚੱਲੇ, ਜਿਸ ਦੌਰਾਨ ਲੋਕਾਂ ਨੇ ਭੰਗੜੇ ਪਾ ਕੇ ਖੁਸ਼ੀਆਂ ਮਨਾਈਆਂ। ਸਥਾਨਕ ਕਲੱਬ 'ਚ ਗੈਰੀ ਸੰਧੂ ਨੇ ਗੀਤ ਸੁਣਾ ਕੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਨੌਜਵਾਨਾਂ ਨੇ ਸੰਗੀਤ ਦੀਆਂ ਧੁਨਾਂ ਤੇ ਨੱਚ ਕੇ ਖੂਬ ਰੌਣਕਾਂ ਲਗਾਈਆਂ। ਵੱਖ ਵੱਖ ਕਲੱਬਾਂ ਤੋਂ ਇਲਾਵਾ ਪ੍ਰਮੁੱਖ ਹੋਟਲਾਂ 'ਚ ਵੀ ਦੇਰ ਰਾਤ ਤੱਕ ਸਮਾਗਮ ਹੋਏ। ਸਰਾਭਾ ਨਗਰ ਤੇ ਘੁਮਾਰ ਮੰਡੀ ਤੋਂ ਇਲਾਵਾ ਮਾਹ ਰੋਡ ਤੇ ਰਾਤ ਸਮੇਂ ਨੌਜਵਾਨ ਖੁਸ਼ੀਆਂ ਸਾਂਝੀਆਂ ਕਰਦੇ ਦੇਖੇ ਗਏ। ਲੁਧਿਆਣਾ ਤੋਂ ਅੰਮ੍ਰਿਤਪਾਲ ਸਿੰਘ ਦੀ ਰਿਪੋਰਟ।